ਜੇ ਉਸ ਸਮੇਂ ਟ੍ਰੇਨ ਨਾ ਛੁੱਟਦੀ ਤਾਂ ਇਹ ਫਨਕਾਰ ਪੰਜਾਬ ਨੂੰ ਕਦੇ ਨਾ ਮਿਲਦਾ। ਜੀ ਮੈਂ ਗੱਲ ਕਰ ਰਿਹਾ ਮੁਹੰਮਦ ਸਦੀਕ ਜੀ ਦੀ, ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਮੁਹੰਮਦ ਸਦੀਕ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ, ਕਿਉਂ ਬੀਬੀ ਰਣਜੀਤ ਕੌਰ ਨੇ ਮੁਹੰਮਦ ਸਦੀਕ ਦੇ ਨਾਲ 30-35 ਸਾਲ ਬਾਅਦ ਜੋੜੀ ਤੋੜ ਕੇ ਉਹਨਾਂ ਨੂੰ ਸੁਖਜੀਤ ਕੌਰ ਦੇ ਨਾਲ ਜੋੜੀ ਬਣਾਉਣ ਨੂੰ ਕਿਹਾ, ਤੇ ਅਸੀਂ ਕਿਹੜੀ ਟ੍ਰੇਨ ਦੀ ਗੱਲ ਕਰ ਰਹੇ ਹਾਂ। ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗਗਨਦੀਪ ਵੱਲੋਂ ਸਤਿ ਸ੍ਰੀ ਅਕਾਲ। ਮੁਹੰਮਦ ਸਦੀਕ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਜਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਅਸੀਂ ਪੰਜਾਬੀ ਖੇਤਰ ਦੇ ਨਾਲ ਜੁੜੇ ਹਰ ਸਿਤਾਰੇ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਮੁਹੰਮਦ ਸਦੀਕ ਦਾ ਜਨਮ 1942 ਨੂੰ ਪਿੰਡ ਰਾਮਪੁਰ ਕਟਾਣੀ ਜ਼ਿਲ੍ਹਾ ਲੁਧਿਆਣਾ, ਪਿਤਾ ਮੱਗਰ ਅਤੇ ਮਾਤਾ ਪ੍ਰਸੰਨੀ ਦੇਵੀ ਦੇ ਘਰ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ, ਜੋ ਕਿ ਡੂਮ ਜਾਤੀ ਅਤੇ ਭਾਈ ਮਰਦਾਨੇ ਦੀ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਮੁਹੰਮਦ ਸਦੀਕ ਪਰਿਵਾਰ ਦੇ ਵਿੱਚ 6 ਭੈਣ ਭਰਾ ਏ ਅਤੇ ਸਦੀਕ ਜੀ ਸਭ ਤੋਂ ਵੱਡੇ ਨੇ। ਮੁਹੰਮਦ ਸਦੀਕ ਜੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿਆਹ ਤੋਂ ਬਾਅਦ ਘਰ ਦੇ ਵਿੱਚ 6 ਬੇਟੀਆਂ ਨੇ ਜਨਮ ਲਿਆ ਅਤੇ ਸਾਰੀਆਂ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ। ਹੁਣ ਜਾਣਦੇ ਹਾਂ ਕਿ ਕਿਵੇਂ ਮੁਹੰਮਦ ਸਦੀਕ ਨੂੰ ਗਾਇਕੀ ਦਾ ਸ਼ੌਂਕ ਪਿਆ। ਪਰਿਵਾਰ ਦੇ ਵਿੱਚ ਸੰਗੀਤਕ ਮਾਹੌਲ ਸੀ, ਕਿਉਂਕਿ ਸਦੀਕ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਕੀਰਤਨ ਕਰਦੇ ਸੀ ਅਤੇ ਉਹਨਾਂ ਦੇ ਚਾਚਾ ਜੀ ਇੱਕ ਫੋਕ ਸਿੰਗਰ ਸੀ, ਅਤੇ ਮੁਹੰਮਦ ਸਦੀਕ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਰਿਹਾ। ਭਾਰਤ ਦੀ ਵੰਡ ਸਮੇਂ ਮੁਹੰਮਦ ਸਦੀਕ ਦਾ ਸਾਰਾ ਪਰਿਵਾਰ ਪਾਕਿਸਤਾਨ ਜਾਣ ਦੇ ਲਈ ਮਲੇਰਕੋਟਲਾ ਪਹੁੰਚਿਆ, ਜਿੱਥੇ ਤੋਂ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਸੀ। ਉੱਥੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਆਖਰੀ ਟ੍ਰੇਨ ਨਿਕਲ ਚੁੱਕੀ ਹੈ। ਫਿਰ ਸਾਰਾ ਪਰਿਵਾਰ ਮੁਹੰਮਦ ਸਦੀਕ ਦੇ ਨਾਨਕੇ, ਜੋ ਕਿ ਪਿੰਡ ਕੂਪ ਕਲਾਂ ਮਲੇਰਕੋਟਲਾ ਦੇ ਵਿੱਚ ਸੀ, ਉੱਥੇ ਜਾ ਕੇ ਰਹਿਣ ਲੱਗਾ। ਇੱਥੇ ਰਹਿ ਕੇ ਸਦੀਕ ਜੀ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਦੀਕ ਜੀ ਨੂੰ ਸੰਗੀਤ ਪਰਿਵਾਰ ਦੇ ਵਿੱਚੋਂ ਹੀ ਮਿਲਿਆ ਅਤੇ ਉਹਨਾਂ ਨੂੰ ਸੰਗੀਤ ਨਾਲ ਬਹੁਤ ਲਗਾਅ ਵੀ ਸੀ। ਸੋ ਜਦੋਂ ਉਹ ਸਕੂਲ ਦੇ ਵਿੱਚ ਪੜ੍ਹਦੇ ਸੀ, ਉਸ ਸਮੇਂ ਵੀ ਉਹਨਾਂ ਦੇ ਜੋ ਟੀਚਰ ਸੀ ਉਹ ਅਕਸਰ ਉਹਨਾਂ ਦੇ ਕੋਲੋਂ ਕੁਝ ਨਾ ਕੁਝ ਸੁਣਦੇ ਰਹਿੰਦੇ ਅਤੇ ਹਰ ਵਾਰ ਕੋਈ ਨਵਾਂ ਗਾਣਾ ਤਿਆਰ ਕਰਕੇ ਸੁਣਾਉਣ ਨੂੰ ਕਹਿੰਦੇ। ਪਿਤਾ ਨੇ ਸਦੀਕ ਦੇ ਗਾਉਣ ਨੂੰ ਲਗਾਉਣ ਨੂੰ ਦੇਖਦੇ ਹੋਏ ਉਹਨਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਜੀ ਕੋਲ ਸਿੱਖਣ ਲਾ ਦਿੱਤਾ। ਸਵੇਰੇ 3-4 ਵਜੇ ਉੱਠ ਕੇ ਸਦੀਕ ਆਪਣੇ ਉਸਤਾਦ ਕੋਲੋਂ ਸਿੱਖਣ ਜਾਂਦੇ। ਸਦੀਕ ਜੀ ਨੇ ਉਹਨਾਂ ਤੋਂ ਗਾਉਣ ਦੀਆਂ ਬਾਰੀਕੀਆਂ ਸਿੱਖੀਆਂ। ਪਰਿਵਾਰ ਵੱਡਾ ਸੀ ਅਤੇ ਗਰੀਬ ਵੀ ਸੀ। ਸੋ ਸੰਗੀਤ ਦੀ ਵਿੱਦਿਆ ਲੈਣ ਤੋਂ ਬਾਅਦ ਸਦੀਕ ਜੀ ਨੇ ਇੱਕ ਥੀਏਟਰ ਕੰਪਨੀ ਕੋਲ 15 ਰੁਪਏ ਮਹੀਨੇ 'ਤੇ ਨੌਕਰੀ ਕਰਨੀ ਸ਼ੁਰੂ ਕੀਤੀ। ਇਸ ਦੇ ਨਾਲ ਨਾਲ ਆਪਣੀ ਗਾਇਕੀ ਵੀ ਜਾਰੀ ਰੱਖੀ। ਇਸ ਸਭ ਦੇ ਚੱਲਦੇ ਪੰਜਾਬ ਸੰਪਰਕ ਵਿਭਾਗ ਨੇ ਜਦੋਂ ਸਦੀਕ ਜੀ ਦੀ ਗਾਇਕੀ ਸੁਣੀ ਤਾਂ ਉਹਨਾਂ ਦੀ ਟੀਮ ਇੰਨੀ ਪ੍ਰਭਾਵਿਤ ਹੋਈ ਕਿ ਸਦੀਕ ਜੀ ਨੂੰ ਆਰਟਿਸਟ ਦੇ ਤੌਰ 'ਤੇ ਸਰਕਾਰੀ ਨੌਕਰੀ ਮਿਲ ਗਈ ਅਤੇ 1960 ਦੇ ਵਿੱਚ ਸਦੀਕ ਜੀ ਨੇ ਨੌਕਰੀ ਕਰਨੀ ਸ਼ੁਰੂ ਕੀਤੀ। ਨੌਕਰੀ ਕਰਦੇ ਕਰਦੇ ਸਦੀਕ ਜੀ ਨੂੰ ਜਸਵੰਤ ਭਵਰਾ ਨੇ ਆਪਣੀ ਟੀਮ ਦੇ ਵਿੱਚ ਰੱਖ ਲਿਆ ਅਤੇ ਮੁਹੰਮਦ ਸਦੀਕ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਉਹਨਾਂ ਦੀ ਟੀਮ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ 1962 ਦੇ ਵਿੱਚ ਉਹਨਾਂ ਦਾ ਪਹਿਲਾ ਰਿਕਾਰਡ ਆਇਆ। ਇਸ ਤੋਂ ਬਾਅਦ ਸਦੀਕ ਨੇ ਰਜਿੰਦਰ ਰਾਜਨ ਦੇ ਨਾਲ ਜੋੜੀ ਬਣਾ ਕੇ ਗਾਉਣਾ ਸ਼ੁਰੂ ਕੀਤਾ ਅਤੇ ਉਹਨਾਂ ਦੇ ਨਾਲ ਗਾਏ ਲੰਬੀ ਸਿਟੀ ਮਾਰ ਮਿੱਤਰਾ, ਛੜਿਆਂ ਦੇ ਘਰ, ਭੇਡ ਲਵੇਰੀ, ਵੰਡ ਬੜੇ ਮੇ ਚਾਰੇ, ਪਿਓ ਵਰਗਿਆ ਜੇਠਾ, ਮਸ਼ਕਰੀਆਂ ਨਾ ਕਰਵੇ ਗੀਤ ਬਹੁਤ ਹੀ ਹਿੱਟ ਹੋਏ। ਸੁਰਿੰਦਰ ਕੌਰ ਦੇ ਨਾਲ ਗਾਇਆ ਗੀਤ ਲੌਂਗ ਵਾਚਾ ਵੀ ਬਹੁਤ ਹੀ ਹਿੱਟ ਰਿਹਾ, ਜੋ ਕਿ ਸਾਲ 1964-65 ਦੇ ਕਰੀਬ ਆਇਆ ਸੀ ਅਤੇ ਬਾਅਦ ਵਿੱਚ ਪਾਕਿਸਤਾਨੀ ਅਤੇ ਭਾਰਤੀ ਸਿੰਗਰਾਂ ਨੇ ਵੀ ਗਾਇਆ। ਰਜਿੰਦਰ ਰਾਜਨ ਨਾਲ ਜੋੜੀ ਟੁੱਟਣ ਤੋਂ ਬਾਅਦ ਸਦੀਕ ਜੀ ਨੇ ਇੱਕ ਦੁਕਾਨ ਖੋਲ੍ਹ ਲਈ, ਜਿੱਥੇ ਉਹਨਾਂ ਨੇ ਪਿੰਡਾਂ ਦੀ ਮੋਟਰਾਂ ਦੇ ਲਈ ਡੀਜ਼ਲ ਵੇਚਣਾ ਸ਼ੁਰੂ ਕੀਤਾ। ਜਦੋਂ ਰਣਜੀਤ ਕੌਰ ਦੇ ਪਿਤਾ ਨੂੰ ਪਤਾ ਲੱਗਾ ਕਿ ਸਦੀਕ ਨੇ ਰਜਿੰਦਰ ਰਾਜਨ ਦੇ ਨਾਲ ਗਾਉਣਾ ਬੰਦ ਕਰ ਦਿੱਤਾ ਹੈ ਅਤੇ ਜੋੜੀ ਟੁੱਟ ਗਈ ਹੈ, ਤਾਂ ਉਹ ਸਦੀਕ ਜੀ ਨੂੰ ਮਿਲੇ ਅਤੇ ਆਪਣੀ ਬੇਟੀ ਦੇ ਨਾਲ ਗਾਉਣ ਲਈ ਕਿਹਾ। ਇਸ ਤੋਂ ਬਾਅਦ ਇਹਨਾਂ ਦਾ ਸਾਲ 1967 ਦੇ ਵਿੱਚ ਇੱਕ ਰਿਕਾਰਡ ਆਇਆ, ਜਿਸ ਦੇ ਬੋਲ ਸੀ ਕਿ ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ, ਮੈਨੂੰ ਮੁੰਦਰੀ 'ਚ ਨੱਗ ਜੜਵਾ ਦੇ ਹਾਣੀਆਂ, ਮੈਨੂੰ ਚਾਂਦੀ ਦੀਆਂ ਝਾਂਜਰਾਂ ਕਢਾ ਦੇ ਹਾਣੀਆਂ। ਔਰ ਇਹ ਗਾਣਾ ਇਸ ਜੋੜੀ ਦਾ ਇੰਨਾ ਮਕਬੂਲ ਹੋਇਆ ਕਿ ਮੁੜ ਕੇ ਇਹਨਾਂ ਨੇ ਕਦੇ ਪਿੱਛੇ ਨਹੀਂ ਦੇਖਿਆ। ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ, ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਨੇ ਇੱਕ ਤੋਂ ਬਾਅਦ ਇੱਕ ਵੱਡਾ ਹਿੱਟ ਗੀਤ ਦਿੱਤਾ ਅਤੇ ਇਹਨਾਂ ਦੇ ਗਾਇਕ ਗਾਣਿਆਂ ਨੇ ਕਈ ਰਿਕਾਰਡ ਬਣਾਏ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੀ ਜੋੜੀ ਕਿਵੇਂ ਟੁੱਟੀ। 34 ਸਾਲ ਇਕੱਠੇ ਗਾਉਣ ਅਤੇ ਸੁਪਰ ਹਿੱਟ ਗੀਤ ਦੇਣ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਇਹ ਜੋੜੀ ਟੁੱਟ ਗਈ। ਜੋੜੀ ਟੁੱਟਣ ਦਾ ਮੁੱਖ ਕਾਰਨ ਬੀਬਾ ਰਣਜੀਤ ਕੌਰ ਦਾ ਗਲਾ ਖਰਾਬ ਹੋਣਾ ਸੀ।
ਇਸ ਤੋਂ ਬਾਅਦ ਰਣਜੀਤ ਕੌਰ ਨੇ ਆਪਣੀ ਥਾਂ ਰੇਡੀਓ ਆਰਟਿਸਟ ਸੁਖਜੀਤ ਕੌਰ ਨੂੰ ਦਿੱਤੀ ਅਤੇ ਸੁਖਜੀਤ ਕੌਰ ਮੁਹੰਮਦ ਸਦੀਕ ਦੇ ਨਾਲ ਗਾਉਣ ਲੱਗੀ। ਦੋਸਤੋ, ਮੁਹੰਮਦ ਸਦੀਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਸਟੇਜ ਆਰਟਿਸਟ ਵੀ ਨੇ ਅਤੇ ਉਹ ਤੁਸੀਂ ਉਹਨਾਂ ਦੇ ਸਟੇਜ ਸ਼ੋਅ 'ਤੇ ਵੀ ਦੇਖਿਆ ਹੋਣਾ ਹੈ ਕਿ ਕਿਸ ਤਰ੍ਹਾਂ ਗਾਉਂਦੇ ਹੋਏ ਐਕਟਿੰਗ ਕਰਦੇ ਨੇ ਅਤੇ ਸਮਾਂ ਬੰਨ ਦਿੰਦੇ ਨੇ। ਗੀਤ ਗਾਉਣ ਦੇ ਨਾਲ ਨਾਲ ਸਦੀਕ ਜੀ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ। ਜੇ ਉਹਨਾਂ ਦੀਆਂ ਹਿੱਟ ਫਿਲਮਾਂ ਦੇ ਨਾਮ ਲਈਏ ਤਾਂ ਰਾਣੋ, ਪੁੱਤ ਜੱਟਾਂ ਦੇ, ਪਟੋਲਾ, ਜੱਟ ਜਿਉਣਾ ਮੋੜ, ਤਬਾਹੀ ਅਤੇ ਕਈ ਹੋਰ ਫਿਲਮਾਂ ਵੀ ਨੇ। ਜੱਟ ਜਿਉਣਾ ਮੋੜ ਫਿਲਮ ਦੇ ਵਿੱਚ ਉਹਨਾਂ ਦਾ ਚਤਰੇ ਦਾ ਕਿਰਦਾਰ ਅਤੇ ਤਬਾਹੀ ਫਿਲਮ ਦੇ ਵਿੱਚ ਥਾਣੇਦਾਰ ਦਾ ਕਿਰਦਾਰ ਬਹੁਤ ਹੀ ਹਿੱਟ ਹੋਇਆ। ਫਿਲਮਾਂ ਦੇ ਨਾਲ ਨਾਲ ਲੜੀਵਾਰ ਨਾਟਕਾਂ ਦੇ ਵਿੱਚ ਵੀ ਸਦੀਕ ਜੀ ਨੇ ਕੰਮ ਕੀਤਾ ਹੈ। ਮੁਹੰਮਦ ਸਦੀਕ ਜੀ ਨੂੰ ਆਪਣੀ ਗਾਇਕੀ ਦੇ ਲਈ ਕਈ ਅਵਾਰਡ ਵੀ ਮਿਲ ਚੁੱਕੇ ਨੇ ਅਤੇ PTC ਪੰਜਾਬੀ ਵੱਲੋਂ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੋਸਤੋ, ਇਹ ਸੀ ਮੁਹੰਮਦ ਸਦੀਕ ਜੀ ਦੀ ਗਾਇਕੀ, ਫਿਲਮਾਂ ਦੇ ਸਫ਼ਰ, ਬੀਬਾ ਰਣਜੀਤ ਕੌਰ ਦੇ ਨਾਲ ਜੋੜੀ ਬਣਾਉਣ ਅਤੇ ਟੁੱਟਣ ਦੀ ਜਾਣਕਾਰੀ। ਹੁਣ ਗੱਲ ਕਰਦੇ ਹਾਂ ਮੁਹੰਮਦ ਸਦੀਕ ਜੀ ਦੇ ਨਾਲ ਜੁੜੀ ਕੁਝ ਇੰਟਰਸਟਿੰਗ ਜਾਣਕਾਰੀ ਦੇ ਬਾਰੇ। ਮੁਹੰਮਦ ਸਦੀਕ ਨੂੰ ਤੁੰਬੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਸ ਖਿਤਾਬ ਪਿੱਛੇ ਉਹ ਦੱਸਦੇ ਨੇ ਕਿ ਉਹ ਵਾਇਲਨ ਵਜਾਉਂਦੇ ਸੀ ਅਤੇ ਪਹਿਲਾਂ ਕਿਸੇ ਪ੍ਰੋਗਰਾਮ ਦੇ ਦੌਰਾਨ ਜਦੋਂ ਉਹਨਾਂ ਨੇ ਵਾਇਲਨ ਵਜਾਇਆ ਤਾਂ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਅਤੇ ਉਹਨਾਂ ਤੋਂ ਬਾਅਦ ਇੱਕ ਮੁੰਡੇ ਨੇ ਤੁੰਬੀ 'ਤੇ ਗਾਣਾ ਗਾਇਆ ਤਾਂ ਲੋਕਾਂ ਨੇ ਪਸੰਦ ਤਾਂ ਕੀਤਾ ਹੀ, ਨਾਲ ਦੀ ਨਾਲ ਉਸਨੂੰ ਪੈਸੇ ਵੀ ਦਿੱਤੇ। ਲੋੜ ਮੈਨੂੰ ਵੀ ਸੀ ਪੈਸਿਆਂ ਦੀ, ਪਰ ਮੈਨੂੰ ਨਹੀਂ ਮਿਲੇ। ਫਿਰ ਮੈਂ ਵੀ ਤੁੰਬੀ ਵਜਾਉਣੀ ਸ਼ੁਰੂ ਕੀਤੀ ਅਤੇ ਮੈਂ ਬਾਅਦ ਵਿੱਚ ਆਪਣਾ ਹਰ ਗਾਣਾ ਇਸ ਤਰ੍ਹਾਂ ਬਣਾਇਆ ਕਿ ਗਾਣੇ ਦੀ ਕੰਪੋਜੀਸ਼ਨ ਪੂਰੀ ਤਰ੍ਹਾਂ ਤੁੰਬੀ ਦੇ ਸੁਰਾਂ ਨਾਲ ਮਿਲ ਜਾਵੇ। ਅਤੇ ਦੋਸਤੋ, ਸਟੇਜ 'ਤੇ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਗਾਉਣ ਤੋਂ ਪਹਿਲਾਂ ਜਦੋਂ ਸਦੀਕ ਜੀ ਤੁੰਬੇ ਦੇ ਨਾਲ ਸੁਰ ਛੇੜਦੇ ਨੇ ਤਾਂ ਲੋਕਾਂ ਨੂੰ ਉਹਨਾਂ ਦੇ ਗਾਣਿਆਂ ਦੇ ਬੋਲਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਜਿਸ ਕਰਕੇ ਮੁਹੰਮਦ ਸਦੀਕ ਨੂੰ ਤੁੰਬੀ ਦੇ ਬਾਦਸ਼ਾਹ ਦਾ ਖਿਤਾਬ ਦਿੱਤਾ ਗਿਆ। ਅਤੇ ਕੁਝ ਚਿਰ ਪਹਿਲਾਂ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਨੂੰ ਚਾਂਦੀ ਦੀ ਤੁੰਬੀ ਦੇ ਕੇ ਵੀ ਸਨਮਾਨਿਤ ਕੀਤਾ ਹੈ। 2012 ਦੇ ਵਿੱਚ ਮੁਹੰਮਦ ਸਦੀਕ ਨੇ ਰਾਜਨੀਤੀ ਦੇ ਵਿੱਚ ਪੈਰ ਰੱਖਿਆ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਭਦੌੜ ਸੀਟ ਤੋਂ ਖੜ੍ਹੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ, ਜੋ ਕਿ ਇੱਕ IAS ਸੀ, ਉਹਨਾਂ ਨੂੰ ਹਰਾਇਆ। ਇਸ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਲਗਾਈ ਕਿ ਮੁਹੰਮਦ ਸਦੀਕ ਇੱਕ ਮੁਸਲਮਾਨ ਹੈ ਅਤੇ ਇਹ ਰਿਜ਼ਰਵਡ ਕਾਸਟ ਦੀ ਸੀਟ ਤੋਂ ਚੋਣ ਨਹੀਂ ਲੜ ਸਕਦੇ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਚੋਣਾਂ ਰੱਦ ਕਰ ਦਿੱਤੀਆਂ ਸੀ, ਪਰ ਸਦੀਕ ਜੀ ਦੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਲਗਾਉਣ 'ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ। ਸੋ ਦੋਸਤੋ, ਇਹ ਸੀ ਜਾਣਕਾਰੀ ਮੁਹੰਮਦ ਸਦੀਕ ਜੀ ਦੇ ਬਾਰੇ, ਕਿਵੇਂ ਉਹਨਾਂ ਨੇ ਗਾਇਕੀ ਦੇ ਵਿੱਚ ਪੈਰ ਰੱਖਿਆ ਅਤੇ ਉਹਨਾਂ ਨੇ ਕਿਵੇਂ ਸਟਰਗਲ ਕੀਤੀ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਔਰ ਵੀਡੀਓ ਦੇ ਵਿੱਚ ਕੋਈ ਜਾਣਕਾਰੀ ਗਲਤ ਹੋਵੇ ਜਾਂ ਰਹਿ ਗਈ ਹੋਵੇ ਤਾਂ ਵੀ ਕਮੈਂਟ ਰਾਹੀਂ ਜ਼ਰੂਰ ਸਾਂਝੀ ਕਰਿਓ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜੇ ਤੁਹਾਨੂੰ ਜਾਣਕਾਰੀ ਪਸੰਦ ਨਹੀਂ ਆਈ ਤਾਂ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਰਾਹੀਂ ਵੀ ਜ਼ਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖਿਆ ਜਾ ਸਕੇ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਦੇ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।